are watching Channel Y. Channel Y, a South Asian Canadian channel. ਲੋਕਸਭਾ ਚੋਣਾਂ ਨੂੰ ਲੈ ਕੇ ਗੁਰਦਾਸਪੁਰ ਵਿਖੇ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੀਆਂ ਵਧੀਕੀਆਂ ਦਾ ਲੋਕ ਹੁਣ ਬਦਲਾ ਲੈਣਗੇ। ਇਸ ਮੌਕੇ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਤੇ ਵੀ ਜੰਮ ਕੇ ਸ਼ਬਦੀ ਵਾਰ ਕੀਤੇ ਨੇ। ਬਾਦਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਹਰਿਆਣਾ ਵਿਖੇ ਸਿਵਲ ਸੇਵਾਵਾਂ ਦੀ ਹੋਣ ਵਾਲੀ ਪ੍ਰੀਖਿਆ ਮੌਕੇ ਕੇਂਦਰਾਂ ਵਿੱਚ ਸਿੱਖੀ ਕਕਾਰਾਂ ਤੇ ਪਾਬੰਦੀ ਲਾਉਣ ਤੇ ਵੀ ਬਾਦਲ ਨੇ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਹੈ। ਉਹਨਾਂ ਇਸ ਮੌਕੇ ਸੁਖਬੀਰ ਬਾਦਲ ਦੇ ਨਾਲ ਸੈਲਫੀ ਖਿਚਾਉਣ ਲਈ ਵੀ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ। ਮੈਂ ਤੁਹਾਨੂੰ ਕਹਿੰਦਾ ਕਿ ਅੱਜ ਪੰਜਾਬ ਸਰਕਾਰ ਹੀ ਨਹੀਂ ਹੈ, ਪੰਜਾਬ ਲਾਅ ਐਂਡ ਆਰਡਰ ਸਿਚੁਏਸ਼ਨ ਇੰਨਾ ਮਾੜਾ ਹੈ। ਅੱਜ ਸ਼ਰੇਆਮ ਅਫਸਰਾਂ ਨੂੰ ਨਾ ਧੱਕਾ, MLA ਤੁਹਾਡੀ ਦੇਖਿਆ ਗੁਰਦਾਸਪੁਰ ਦਾ ਪਾੜਾ, MLA ਨੇ ASI ਨੂੰ ਕਿਡਨੈਪ ਕਰਕੇ ਕੁੱਟਿਆ, ਇੱਥੇ ਡਰੱਗ ਇੰਸਪੈਕਟਰ ਕਤਲ ਹੋ ਰਿਹਾ, ਇੱਥੇ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੈ। ਬੜੀ ਗਲਤ ਗੱਲ ਹੈ, ਸਟਰੋਂਗਲੀ ਕੰਡੈਮ ਕਰਦਾ ਹੈ ਅਤੇ ਮੈਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਕਿ ਆਪ ਇਮੀਡੀਏਟਲੀ ਵਿਦਡਰਾਅ ਕਰਨਾ ਆਪਣਾ, ਯਾਰ ਮੈਂ ਨਾ ਪਰਵਾਹ ਕਰਾਂ, ਜੋ ਮਰਜ਼ੀ ਬਿਆਨ ਦੇ ਦਿਓ। ਮੈਂ ਐਜ਼ ਅ ਪ੍ਰੈਜੀਡੈਂਟ ਮੇਰਾ ਫਰਜ਼ ਆ ਉਹਨਾਂ ਨਾਲ ਤਾਲਮੇਲ ਰੱਖਣਾ, ਜੇ ਉਹਨਾਂ ਦਾ ਜੀ ਕਰਦਾ ਫੋਟੋ ਖਿਚਾਉਣਾ ਮੇਰਾ ਫਰਜ਼ ਆ, ਘਟਾਉਣ ਦਾ ਟਾਈਮ ਲਾਉਣ ਦਾ ਅਤੇ ਉਹਨਾਂ ਦਾ ਫੋਟੋ ਖਿਚਾਉਣ ਦਾ। ਬਹੁਤ ਜ਼ਿਆਦਾ ਵਧੀਕੀਆਂ ਹੋਈਆਂ, ਇੱਥੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੈਗੇ, ਉੱਥੇ ਸੁੱਕੀ ਰੰਧਾਵਾ ਹੈ, ਇੰਨਾ ਜ਼ੁਲਮ ਕੀਤਾ ਹੈ, ਮਤਲਬ ਪਰਮਾਤਮਾ ਨੇ ਉਹਨਾਂ ਬਖਸ਼ਣਾ ਨਹੀਂ ਜਿੰਨਾ ਉਹਨਾਂ ਲੋਕਾਂ ਨਾਲ ਤੰਗ ਕੀਤਾ। ਵਧੀਆ ਰਿਸਪੋਂਸ ਦੇਖੋਗੇ, 13-13 ਜਿੱਤਾਂ ਸੀਟਾਂ ਜਿੱਤਾਂ ਗਿਆ। Watching Channel Y, a South Asian Canadian channel.